ਕਰਨ ਨੂੰ ਬੰਦਾ ਕੁਝ ਵੀ ਕਰ ਸਕਦਾ ਉਹੀ ਗੱਲ ਹੈ ਸਦਾ ਉਹੀ ਗੱਲ ਹਾਲਾਤ ਮਾੜੇ ਨਹੀਂ ਰਹਿੰਦੇ ਪਰ ਜਿਹਨੇ ਲੰਘ ਗਿਆ ਉਹ ਕੱਲ ਨੂੰ ਨਵਾਂ ਲੱਦਣ ਨਵਾਂ ਸਵੇਰਾ ਲੈ ਕੇ ਚੜੂਗਾ ਉਮੀਦ ਰੱਖਿਆ ਕਰੋ ਉਮੀਦ ਤੇ ਸਾਰਾ ਕੁਝ ਹੈ ਤੇ ਆਪਣੀ ਸ਼ੁਰੂ 'ਚ ਨਵਾਂ ਬੰਦਾ ਚੱਲਿਆ ਤੇ ਮੈਂ ਤੁਹਾਨੂੰ ਫੇਰ ਕਹਿਣਾ ਕਮੈਂਟ ਜ਼ਰੂਰ ਕਰਕੇ ਦੀ ਹੱਲਾ ਸ਼ੇਰੀ ਵਧਾਇਓ ਜੀ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੁਹਾਨੂੰ ਮੇਰੀਆਂ ਮਾਈਆਂ ਨੂੰ ਬੇਨਤੀ ਹੈ ਕਿਉਂਕਿ ਮੈਨੂੰ ਪਤਾ ਹੈ ਅਕਸਰ ਘਰਾਂ 'ਚ ਕਲੇਸ਼ ਇਸ ਗੱਲ 'ਤੇ ਹੋ ਜਾਂਦਾ ਉਹ ਕਰਦੀਆਂ ਨਹੀਂ ਹੈਗੀਆਂ ਉਹੀ ਗੱਲ ਹੈ ਪਤਾ ਨਹੀਂ ਪੜ੍ਹੀਆਂ ਲਿਖੀਆਂ ਬਈ ਵੱਧ ਹੋ ਗਈਆਂ ਜੇ ਪਸ਼ੂ ਰੱਖਣੇ ਨੇ ਉਹ ਤੁਹਾਡੀ ਪੜ੍ਹਾਈ ਦਾ ਮੈਨੂੰ ਪਤਾ ਉਹਦਾ ਛੱਡ ਕੇ ਪਾਥੀਆਂ ਤੁਹਾਨੂੰ ਪੱਥਣੀਆਂ ਪੈਣਗੀਆਂ ਅਤੇ ਫੇਰ ਕਿਤੇ ਜਾ ਕੇ ਮੈਂਸਾਂ ਦੁੱਧ ਦੇਣਗੀਆਂ ਕਿਉਂਕਿ ਬੰਦੇ ਦਾ ਦੇਖੋ ਪਾਥੀਆਂ ਪੱਥ ਨਹੀਂ ਸਕਦੇ ਕਰੋ ਬਹੁਤ ਜ਼ਿਆਦਾ ਫਰਕ ਪੈਂਦਾ ਦਾਣਾ ਬਾਲਣ ਨਾਲ ਬਾਕੀ ਬਾਈ ਨੇ ਦੇਖਿਆ ਵੀ ਕਿੰਨਾ ਕੁ ਫਰਕ ਸਾਰਾ ਸਮਾਨ ਪਿਆ ਸੀ ਬਸ ਐ ਨੀ ਫਾਰਮੂਲੇ ਦੀ ਨਹੀਂ ਪਤਾ ਸੀ ਅੱਛਾ ਹਾਂ ਬੰਨਿਆਂ ਵਾਸਤੇ ਪਤੀਲਾ ਲਿਆਂਦਾ ਸੀ ਉਹ ਪਿਆ ਸੀ ਅੱਛਾ ਇਹ ਤਾਂ ਆਪਣੇ ਹੁੰਦੀਆਂ ਘਰਾਂ 'ਚ ਬਸ ਵੀ ਉਹੀ ਗੱਲ ਆ ਕਿ ਤੁਸੀਂ ਤੁਹਾਡੀ ਵੀਡੀਓ ਦੇਖ ਲਈ ਦੇਗੇ ਵਾਲੀ ਬਸ ਉਹ ਦੇਖ ਗਿਆ ਜੀ ਵੀਡੀਓ ਦਾ ਪਤਾ ਲੱਗਿਆ ਪਹਿਲਾਂ ਵੀ ਦੇਖ ਪਾਉਂਦਾ ਸੀ ਉਨੀ ਦਾਣਾ ਉਨੀ ਦਾਣਾ ਕਿੰਨਾ ਕਿੰਨਾ ਕੁ ਦੁੱਧ ਵੱਧ ਗਈਆਂ ਉਦੋਂ ਦਾ ਮੇਰਾ ਖਿਆਲ ਕਹਿੰਦਾ ਵੀ 4-4 ਲੀਟਰ ਵੱਧ ਗਈਆਂ ਬਾਈ ਲੈ ਦਾਣਾ ਉਹੀ ਪਾਉਂਦਾ ਸੀਗਾ ਦੁੱਧ ਦੇਖੋ ਇੱਕ ਇੱਕ ਮੈਂ 4-4 ਲੀਟਰ ਵੱਧ ਗਈ ਲੈ ਬਾਈ ਹੋਰ ਕੁਝ ਕਹਿਣਾ ਚਾਹੇਗਾ ਹੋਰ ਤਾਂ ਵੀਰੇ ਮੈਂ ਦੱਸ ਕੇ ਹਟਿਆ ਪਹਿਲਾਂ ਵੀ ਆਪਾਂ ਸਾਰਾ ਕੁਝ ਕਰ ਸਕਦੇ ਆਪਾਂ ਕਹਿੰਦੇ ਨੇ ਹਰਿਆਣੇ 'ਚ ਆਏ ਉਹ ਆਪਣੀ ਝੋਟੀ ਦੇਖ ਲਓ ਸਤਿ ਸ਼੍ਰੀ ਅਕਾਲ ਜੀ ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗਿਆਂ ਪਿੰਡ ਘਰਾਟ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਹੈ ਦਿੜਬੇ ਦੇ ਲਾਗੇ ਪੈ ਜਾਂਦਾ ਇਹ ਪਿੰਡ ਜੋ ਘਰਾਟ ਘਰਾਟ ਵੀ ਮਸ਼ਹੂਰ ਨੇ ਇੱਥੋਂ ਦੇ ਤੇ ਸੂਲਰ ਘਰਾਟ ਕਹਿ ਜਾਂਦੇ ਨੇ ਇਹ ਪਿੰਡ ਸੂਲਰ ਅੱਡਾ ਹੈ ਅਤੇ ਘਰਾਟ ਅੱਡ ਰਹਿ ਜਾਂਦਾ ਸੂਲਰ ਪਿੰਡ 'ਚੋਂ ਵੀਡੀਓ ਬਣਾਉਣ ਲੱਗਿਆ ਅੱਜ ਅਤੇ ਜਿਹੜੀਆਂ ਤੁਹਾਨੂੰ ਝੋਟੀਆਂ ਦਿਖਾਵਾਂਗੇ ਨਾ ਉਹ ਵੀ ਬਾਈ ਬਾ ਕਮਾਲੇ ਨੇ 18 ਲੀਟਰ 16 ਲੀਟਰ ਹੈ 43 ਦਾ ਦੁੱਧ ਕਹਿੰਦਾ ਦੋਵਾਂ ਦਾ ਬਾਈ ਇੱਕ ਥੱਲੇ ਦਾ 18 ਲੀਟਰ ਹਾਜ਼ਰ ਹਾਜ਼ਰ ਅਤੇ ਕਹਿਣ 'ਚ ਬਹੁਤ ਫਰਕ ਹੁੰਦਾ ਵਿੱਚ ਤਾਂ ਗੱਲਾਂ ਹੁੰਦੀਆਂ ਨੇ ਬਾਈ ਇਹ 20 ਦੇ ਦੂਗੀ ਇਹ 18 ਦੇ ਦੂਗੀ ਇਹ 16 ਦੇ ਦੂਗੀ ਉਹ ਗੱਲਾਂ ਹੁੰਦੀਆਂ ਨੇ ਬਾਈ ਜਦੋਂ ਘਰੋਂ ਜੋਖ ਕੇ ਦੇਣਾ ਪੈਂਦਾ ਉਹ ਗੱਲ ਕੁਛ ਹੋਰ ਹੋ ਜਾਂਦੀ ਹੈ ਬਕਾਇਦਾ ਹੈ ਵੀ ਝੋਟੀਆਂ ਨੇ ਜੇ ਮੈਂ ਤੁਹਾਨੂੰ ਕਹਾਂ ਵੀ ਮਹਿਸਾਂ ਨੇ ਤੀਜੇ ਚੌਥੇ ਸੂਏ ਦੀਆਂ ਉਹ ਵੀ ਫਰਕ ਪੈ ਜਾਂਦਾ ਜਿਹੜੀ ਦੂਜੇ ਸੂਏ ਝੋਟੀ ਨੂੰ 18-20 ਲੀਟਰ ਕਰਨਾ ਇਹ ਵੀ ਫਿਰ ਐਨ ਮੇਨ 'ਚ ਆ ਜਾਂਦੀਆਂ ਨੇ ਇਹ ਜਿਵੇਂ ਕਹਿੰਦੇ ਹੁੰਦੇ ਨੇ ਪਹਿਲੀਆਂ 'ਚ ਆ ਜਾਂਦੀਆਂ ਨੇ ਇਹ ਇੱਕ ਨੰਬਰ 'ਚ ਜਦੋਂ ਜਿਵੇਂ ਉਹਦਾ ਕਹਾਣਾ ਜਿਵੇਂ ਹੁਣ ਆਪਣਾ ਹਿਮਾਚਲ ਤੋਂ ਸੇਬ ਚੁਣ ਕੇ ਆਉਂਦਾ ਬਾਈ ਇੱਕ ਨੰਬਰ ਵਾਲਾ 2 ਨੰਬਰ ਵਾਲਾ ਇਹ 1 ਨੰਬਰ ਵਾਲੀਆਂ ਝੋਟੀਆਂ ਹੁਣ ਤੁਹਾਨੂੰ ਦਿਖਾਉਣ ਲੱਗਿਆਂ ਅਤੇ ਬਕਾਇਦਾ ਤੁਹਾਨੂੰ ਚੋ ਕੇ ਲੀਟਰ ਮਾਰ ਕੇ ਦਿਖਾਵਾਂਗੇ ਰੇਟ ਵੀ ਇਹਨਾਂ ਦੇ ਦੁੱਧ ਦੇ ਹਿਸਾਬ ਨਾਲ ਜਾਇਜ਼ ਨੇ 2 ਡੰਗ ਤੁਸੀਂ 4 ਡੰਗ ਤਸੱਲੀ ਕਰਕੇ ਲੈ ਜਿਓ ਐਨ ਕਹਿੰਦਾ ਕੋਈ ਇਹ ਜਿਹਾ ਹੋ ਨਹੀਂ ਬਾਈ ਕਹਿੰਦਾ ਐਨ ਆਪਾਂ ਕੰਡਾ ਲਾ ਕੇ ਘਰੋਂ ਦੇ ਦਾਂਗੇ ਅਤੇ ਇੱਕ ਦੂਜੇ ਸੂਏ ਦੀਆਂ ਝੋਟੀਆਂ ਨੇ ਆਪਾਂ ਬਾਹਲਾ ਟਾਈਮ ਨਾ ਤੁਹਾਡਾ ਲਈਏ ਅਤੇ ਹੁਣ ਬਾਈ ਨੂੰ ਆਪਾਂ ਮਿਲਾਉਂਦੇ ਆ ਜਾਓ ਆ ਜਾ ਬਾਈ ਆਹ ਹਾਂ ਬਾਈ ਦੀਆਂ ਝੋਟੀਆਂ ਹੋਰ ਠੀਕ ਹੈ ਬਾਈ ਠੀਕ ਠਾਕ ਅੱਛਾ ਤੇ ਫਿਰ ਇਹ ਕਿਵੇਂ ਘਰ ਦੀਆਂ ਨੇ ਕਿ ਖਰੀਦੀਆਂ ਨੇ ਬਾਈ ਖਰੀਦੀਆਂ ਹੋਈਆਂ ਨੇ ਬਾਈ ਤਾਜ਼ੀਆਂ ਹਾਂ ਜੇਰ ਉਹਦੀ ਪਈ ਤੇ ਉਹਦੀ ਲਈਆਂ ਨੇ ਜੇ ਮੈਂ ਤੁਹਾਨੂੰ ਕਹਾਂ ਬਾਈ ਕੰਮ ਨਵਾਂ ਜਮੀ ਮੈਨੂੰ ਲੱਗਦਾ ਪਹਿਲੀਆਂ ਝੋਟੀਆਂ ਖਰੀਦੀਆਂ ਨੇ ਹਨਾ ਬਾਈ ਜੇ ਇਸ ਵਾਰ ਇਹ ਬਾਈ ਐਂ ਵੀ ਕਹਿ ਕੇ ਵੇਚ ਦਿੰਦਾ ਦੇਖੋ ਹੋਰ ਵੀ ਵੀਡੀਓ ਦੇਖਦੇ ਰਹਿੰਦੇ ਹੋ ਪਹਿਲੀ ਵਾਰ ਤਾਂ ਕੰਮ ਐਂ ਵੀ ਚੱਲ ਜਾਂਦਾ ਵੀ ਆਹ ਘਰ ਦੀਆਂ ਨੇ ਬਾਈ ਅੱਗੇ ਤੋਂ ਲੱਗਾਂਗੇ ਇਹ ਬਾਈ ਕਹਿੰਦਾ ਆਪਾਂ ਉਹ ਕੰਮ ਨਹੀਂ ਕਰਨਾ ਪਹਿਲੀ ਵਾਰ ਐਂ ਕਹਿ ਕੇ ਦੇਵਾਂਗੇ ਵੀ ਆਪਾਂ ਤਾਂ ਖਰੀਦੀਆਂ ਨੇ ਬਾਈ ਖਰੀਦੀਆਂ ਵੀ ਉਹਦਾ ਕਹਾਣਾ ਜਿੱਦੇ ਚੋਣ ਦੇਖ ਲਿਆ ਕਿਸੇ ਬੰਦੇ ਦੀ ਜਿਵੇਂ ਤਾਜ਼ੀਆਂ ਸੂਈਆਂ ਹੋਈਆਂ ਖਰੀਦੀਆਂ ਪਹਿਲੀ ਝੋਟੀਆਂ ਦੇਖ ਲਓ 16-18 ਲੀਟਰ ਵਾਲੀਆਂ ਇਹਦੇ ਥੱਲੇ 16 ਲੀਟਰ ਹੈ ਅਤੇ ਇਹਦੇ ਥੱਲੇ ਪੂਰੀ 18 ਲੀਟਰ ਹੈ ਅਤੇ ਇਹਨੂੰ ਤੋਰ ਕੇ ਦਿਖਾ ਦੇ ਬਾਈ ਲੈ ਇੱਧਰੋਂ ਸ਼ੁਰੂ ਕਰਦੇ ਹਾਂ ਬਾਈ ਦੂਜਾ ਸੂਏ ਦੀ ਝੋਟੀ ਆ ਛੋਟਾ ਸਿੰਘ ਹੈ ਇਹਨੂੰ ਤੋਰ ਕੇ ਦਿਖਾ ਦੇ ਬਾਈ ਇੱਕ ਵਾਰੀ ਟਿਕਿਆ 18 ਲੀਟਰ ਦੁੱਧ ਹਾਜ਼ਰ ਹੈ ਹੁਣ ਗੱਲਾਂ ਵਾਲਾ ਨਹੀਂ ਹੈਗਾ ਬਾਈ ਲੀਟਰ ਵਾਲਾ ਮੋੜ ਲਿਆ ਬਾਈ ਨੇੜਿਓ ਫੜ ਲਾ ਨੇੜਿਓ ਜੇ ਮੈਂ ਤੁਹਾਨੂੰ ਕਹਾਂ ਵੀ ਕੱਦ ਬਾਹਲਾ ਜ਼ਿਆਦਾ ਵੱਡਾ ਕੱਦ ਵੀ ਨਹੀਂ ਬਾਹਲਾ ਜ਼ਿਆਦਾ ਵੱਡਾ ਇੱਕ ਗੱਲ ਹੋਰ ਦੱਸਦਾ ਮੋੜ ਲਿਆ ਬਾਈ ਦੁੱਧ 'ਚ ਕਦੇ ਵੀ ਤੁਸੀਂ ਦੇਖ ਲਿਓ ਦੁੱਧ ਵਾਲੇ ਪਸ਼ੂ 'ਚ ਜੇ ਆਪਾਂ ਕਈ ਵਾਰੀ ਕੱਦ ਦੇ ਮਾਂਗਰ ਨਾ ਲੱਗਿਓ ਕਈ ਵਾਰ ਛੋਟੇ ਮਸੂ ਛੋਟੇ ਕੱਦ ਦੀਆਂ ਮੈਸਾਂ ਵੀ ਮੈਂ 23-24 ਕਿਲੋ ਦੁੱਧ ਦਿੰਦੀਆਂ ਦੇਖੀਆਂ ਨੇ ਕਿਉਂ ਬੈਠਵੇਂ ਡੰਗਰ ਦਾ ਲੇਵਾ ਥਣ ਕੁਆਲਿਟੀ ਦਾ ਹੋਵੇ ਦੁੱਧ ਐ ਨਹੀਂ ਪਤਾ ਇਹਦੇ ਪਸ਼ੂ ਕਿੱਥੇ ਚੱਲ ਪਏ ਅਤੇ ਇਹ ਝੋਟੀ ਵੀ ਦਿਖਾਵਾਂਗੇ ਲੈ ਉਹ ਵੀ ਬਕਾਇਦਾ ਆਪਾਂ ਤੁਹਾਨੂੰ ਚੋ ਕੇ ਵੀ ਦਿਖਾਵਾਂਗੇ ਲੈ ਦੂਜੇ ਨੰਬਰ ਵਾਲੀ ਵੀ ਤੋੜ ਦੇ ਬਾਈ ਜਿਹੜਾ ਇਹਨੂੰ ਮੇਨ ਨਾ ਥਣ ਲੇਵਾ ਲੱਗਿਆ ਹੋਇਆ ਬਾਈ ਅੱਗੇ ਪਿੱਛੇ ਤੋਂ ਇਹ ਚੀਜ਼ਾਂ ਦਿੰਦੀਆਂ ਨੇ ਦੁੱਧ ਸੱਜਣੋ ਲੈ ਆ ਜਾ ਦੂਜੇ ਨੰਬਰ ਵਾਲੀ 16 ਲੀਟਰ ਵਾਲੀ ਦਿਖਾਉਂਦੇ ਹਾਂ ਤੁਹਾਨੂੰ ਇਹ ਥੋੜ੍ਹੀ ਖੜਮੀ ਖੁੱਚਦੀ ਹੈ ਉਹ ਝੋਟੀ ਬੈਠਵੀਂ ਆ ਸੁਭਾਏ ਦਾ ਫੜ ਕੇ ਤੋੜਨੀ ਬਾਈ ਹੌਲੀ ਮੁੜੇ ਹੌਲੀ ਤੋੜਦੀ ਬਾਈ
ਇਹ ਉੱਚੇ ਲੰਮੇ ਕੱਟਦੀ ਹੈ ਥਰ ਵੀ ਖੁੱਚਦੀ ਮੋੜ ਲੈ ਬਾਈ ਮੋੜ ਲੈ ਵਾ ਕਮਾਲ ਹੋਈ ਤੂੰ अलग कढ ले ट्रालियां इस करके बन ले थोड़ी उरे लोकेशन वधिया हुंदी थी क्योंकि शाम का 6 बजे का टाइम हो रहा है जे आपां कहीए भी यह वीडियो 2 बजे 3 बजे बना रहे वह भी गल गलत है इत्थे थोड़ा चानण जिहा पैंदा सीगा इस करके ट्रालियां नाल बन लिया ਤਾਂ ਥੋੜੀ ਅੱਚ ਵੀ ਕਰਦੀਆਂ ਨੇ ਇਹਦੇ ਥੱਲੇ ਕਿੰਨਾ ਦੁੱਧ ਦੇ ਦਾਂਗੇ ਬਾਈ ਆਪਾਂ 16 ਲੀਟਰ ਦੇ ਦਾਂਗੇ ਬਾਈ ਅੱਛਾ ਇਹਦੇ ਥੱਲੇ 16 ਉਹ ਪਹਿਲੀ ਵਾਰੇ ਡੰਗਰ ਲੈ ਤੇ ਪਹਿਲੀ ਵਾਰੇ ਸਿਰੇ ਮੂਰ ਦੇ ਫਿਰ ਕਿਵੇਂ ਬਣੇ ਉਹ ਤਾਂ ਬਾਈ ਕਿਰਪੇ ਹੀ ਛੋਡੀ ਹੋਈ ਆ ਅੱਛਾ ਇਹਦਾ ਬਾਲ ਕੇ ਜੇ ਲੇਟੀ ਪਾਉਣ ਲੱਗ ਗਈ ਲੇਟੀਏ ਪਾਉਂਦੇ ਆ ਅੱਛਾ ਹਾਂ ਕੋਈ ਜਿਹੜੀ ਖਰਾਕ ਬਾਈ ਪਾਉਂਦਾ ਦੇਖ ਚੁੱਲਾ ਵੀ ਦਿਖਾ ਦਿਓ ਪੈਪਰ ਧਰਿਆ ਚੁੱਲਾ ਬਾਈ ਕਹਿੰਦਾ ਬਾਲ ਕੇ ਦਾਣਾ ਪਾਉਂਦੇ ਆ ਨਾ ਬਹੁਤ ਫਰਕ ਪੈਂਦਾ ਚੀਜ਼ ਦਾ ਪਤਾ ਲੱਗਦਾ ਹੈ ਨਾ ਕਿੱਥੇ ਕਿ ਚੱਲਦੀ ਹੈ ਹਾਂ ਬਾਈ ਪਤਾ ਲੱਗਦਾ ਅੱਛਾ ਨਾ ਇਹ ਵਪਾਰ ਵਾਲਾ ਕੀੜਾ ਕਿਵੇਂ ਉੱਠਿਆ ਤੇਰੇ ਕੀੜਾ ਬਾਈ ਇੱਕ ਮੁੰਡਾ ਰਿਸ਼ਤੇਦਾਰ ਆਪਣਾ ਕਾਲਾ ਮੌੜਾ ਅੱਛਾ ਉਹਦੇ ਕੋਲ ਵਗ ਜਾਣੇ ਕਿ ਤੂੰ ਉਹਦੇ ਕੋਲ ਦੇਖਦੇ ਆ ਫਿਰ ਡੁੰਡਾ ਆ ਵੱਜ ਜਾਂਦਾ ਨਾ ਉਹਨੂੰ ਦੇਖ ਕੇ ਇੰਜ ਨਹੀਂ ਲੱਗਦਾ ਵੀ ਆਪਾਂ ਵਧੀਆ ਸਰਦਾਰੀ ਕਰਦੇ ਤੇ ਤਾਂ ਉਲਝ ਜਾਂਦੇ ਕਰਦੇ ਤਾਂ ਸਰਦਾਰੀ ਆ ਅੱਛਾ ਪਰਮਾਤਮਾ ਦਿੱਤਾ ਸਾਰਾ ਕੁਛ ਆ ਹਾਂ ਠੇਕੇ ਤੇ ਵੰਡ ਦੇ ਕੇ ਆਪਾਂ ਨੇ ਜੇ ਤੂੰ ਮੌੜ ਇੱਕ ਮੱਝ ਰੱਖਦੇ ਆ ਇਹ ਤਾਂ ਮੌੜ ਕਣੀ ਦੇਖ ਕੇ ਕੀੜਾ ਆ ਉੱਠ ਕਰਦਾ ਵੀ ਹਾਂ ਇਹ ਦੇਖੀਏ ਚੱਤ ਮੌੜ ਚੰਗੀਆਂ ਰੱਖਦਾ ਕੱਲੇ ਤਾਂ ਮੌੜ ਪੈਸੇ ਗਿਣਦਾ ਦੇਖ ਲਿਆ ਹੁਣ ਜਿਹੜੇ ਸਿਆਬ ਨਾਲ ਸਵੇਰੇ ਕਦੇ 4 ਲੈਣ ਭੱਜ ਲਿਆ ਕਦੇ ਮੈਂ 1 ਲੈਣ ਭੱਜ ਲਿਆ ਉਹ ਨਹੀਂ ਦਾ ਉਹਦੀ ਹਾਲਤ ਦੇਖੀ ਫਿਰਦਾ ਨਾ ਬਹੁਤਾ ਉਹਦਾ ਸਾਨੂੰ ਅਸੀਂ ਨਹੀਂ ਵੀ ਦੇਖਿਆ ਦਿਨ ਰਾਤ ਫਿਰੀ ਜਾਂਦਾ ਵਿਚਾਰਾ ਚਲੋ ਉਹੀ ਮਿਹਨਤ ਹੁਣ 3-4 ਕਿੱਲਿਆਂ ਵਾਲਿਆ ਵਧੀਆ ਰੋਟੀ ਖਾਂਦਾ ਤੂੰ ਤਾਂ ਦੇਖਿਆ ਅੱਛਾ ਹਾਂ ਨਾ ਕੰਮ ਮਿਹਨਤ ਹੈ ਉਹੀ ਕਰਦਾ ਉਹੀ ਮਿਹਨਤ ਕਰਦਾ ਤਾਂ ਸਾਰਾ ਕੁਝ ਆ ਅੱਛਾ ਫਿਰ ਵੀ ਆਪਾਂ ਚਲ ਵੇਚ ਲਿਆ ਕਰਾਂਗੇ ਲੈ ਕੇ ਵੇਚ ਕੁਝ ਵੀਡੀਓ ਦੇਖ ਕੇ ਹੀ ਵਰਤ ਹਾਂ ਵੀਡੀਓ ਦੇਖ ਕੇ ਥੋੜੀ ਵੀਡੀਓ ਦੇਖ ਕੇ ਜਾਦੇ ਉਹ ਹੋ ਗਿਆ ਹਾਂ ਵੀਡੀਓ ਦੇਖ ਕੇ ਵੀ ਬਾਈ ਕਹਿੰਦਾ ਥੋੜਾ ਜਿਹਾ ਕਰੇਜ ਜਾ ਉੱਠਿਆ ਵੀ ਯਾਰ ਆਪਾਂ ਵੀ ਕਰ ਸਕਦੇ ਆ ਹੋਰ ਵੀ ਸੱਜਣ ਕਰ ਸਕਦੇ ਨੇ ਇਹ ਚ ਕੋਈ ਬਾਹਲਾ ਵੱਡਾ ਕੋਰਸ ਨਹੀਂ ਕਰਨਾ ਪੈਂਦਾ ਜੇ ਮੈਂ ਕਹਾਂ ਬਸ ਥੋੜਾ ਜਿਹਾ ਬੰਦੇ ਦਾ ਲੱਕ ਸਾਥ ਦੇਵੇ ਤੇ ਮਿਹਨਤੀ ਹੋਵੇ ਬੰਦਾ ਕਰ ਹਰੇਕ ਆ ਸਕਦਾ ਲੈ ਬੱਚਾ ਛੱਡ ਦੇ ਬਈ ਹੁਣ ਆਪਾਂ ਚੋ ਕੇ ਦਿਖਾ ਦਈਏ ਤੇ ਲੀਟਰ ਮਾਰ ਕੇ ਨਾ ਰੇਟ ਆਪਾਂ ਤੁਹਾਨੂੰ ਜ਼ਰੂਰ ਪੁੱਛ ਕੇ ਦੱਸਾਂਗੇ ਰੇਟ ਜਾਇਜ਼ ਹੋਣਗੇ ਇਹਨਾਂ ਦੇ ਜਿਹੜੇ ਸਿਆਮ ਨਾਲ ਦੁੱਧ ਕੱਟੀ ਆ ਅੱਛਾ ਛੱਡ ਦੇ ਛੱਡ ਦੇ ਅੱਛਾ ਇਹਦੇ ਮੰਗਰ ਕੱਟੀ ਆ ਕੱਟੀ ਆ ਬਈ ਅੱਛਾ ਹਾਂ ਸਾਰੀ ਕਾਲੀ ਆ ਪੇਦੀ ਪੂੰਸ ਕਾਲੀ ਆ ਕੱਟੀ ਇਹਦੇ ਭੋਰਾ ਵੀ ਨਹੀਂ ਇੱਕ ਵੀ ਚਿੱਟਾ ਵਾਲ ਨਹੀਂ ਅੱਛਾ ਜੈਡ ਬਲੈਕ ਆ ਉਹ ਕੱਟੀ ਵੀ ਸੱਜਣਾ ਅੱਛਾ ਉਹਦੇ ਮੰਗਰ ਕੱਟਾ ਉਹਦੇ ਮੰਗਰ ਕੱਟਾ ਬਈ ਉਹਦੇ ਮੰਗਰ ਲੀਲੀ ਰਾਵੀ ਦਾ ਕੱਟਾ ਇਹ ਵੀ ਛੱਡ ਦੇ ਕੱਠੀ ਚੋਦੀ ਦੋਏ ਭਾਈ ਚੋਦੇ ਦੋਏ ਬਾਲਟੀਆਂ ਮੰਗਾ ਲੈ ਬਈ ਲੈਂਦੇ ਆ ਦੋ ਬਾਲਟੀਆਂ ਹੂੰ ਜਾ ਜਾ ਕੇ ਭਾਈ ਲੈਂਦੀਆਂ ਹੈ ਲੈਂਦੀਆਂ ਕੁੜੀ ਹਾਂ ਪਿੱਛੇ ਹੋ ਜਿੰਗੂਰੀ ਹੁਣ ਥੋੜਾ ਜਿਆਦਾ ਆ ਭਈਆਂ ਸਾਰੇ ਕੰਮ ਇਹ ਤਾਂ ਧਾਰੇ ਦੱਸਦੀ ਆ 2 ਲੀਟਰ ਵਾਲੀ ਬਾਲਟੀਆਂ ਖਾਲੀ ਚੈੱਕ ਕਰਾ ਦੇ ਜੰਗਾ ਲੱਗੂ ਜੀ ਉਦੋਂ ਕਰਾ ਦਾਂਗੇ ਤੇ ਕੋ ਪੈ ਕੋ ਭਾਈ ਜੇ ਆਪਣਾ ਇਰਾਦਾ ਹੋਵੇ ਕਰ ਆਪਾਂ ਕੁਝ ਵੀ ਸਕਦੇ ਆ ਨਾ ਕਰਨ ਨੂੰ ਕੁਝ ਵੀ ਕਰ ਸਕਦੇ ਆਪਾਂ ਨੇ ਝੋਟੀ ਪਾਲੀ ਆ ਸਾਨੂੰ ਦਿਖਾਵਾਂਗੇ 2 ਸਾਲ ਦੀ ਆ ਝੋਟੀ ਦੇਖ ਲਿਓ ਉਹੀ ਗੱਲ ਆ ਹੋਰ ਹਰੇਕ ਉਹ ਕਰ ਲੈਂਦਾ ਇਰਾਦਾ ਬਣ ਜਾਂਦਾ ਚੱਲ ਜੇ ਆਪਾਂ ਕਰਾਂਗੇ ਗਾਹਾਂ ਗਾਹਾਂ ਦੱਸਾਂਗੇ ਵੀ ਕੱਲਾ ਹਰਿਆਣਾ ਨਹੀਂ ਉਹ ਕਰ ਸਕਦਾ ਆਪਾਂ ਵੀ ਕਰ ਸਕਦੇ ਆ ਪੰਜਾਬ ਕਰ ਸਕਦੇ ਆ ਬਈ ਆਪਾਂ ਤਾਂ ਆਪ ਕਹਿੰਦੇ ਆ ਹਰੇਕ ਵੀਡੀਓ 'ਚ ਆ ਦੇਖ ਤੂੰ ਦਾਣਾ ਬਾਲ ਕੇ ਪਾਉਣਾ ਤੂੰ ਕਹਿੰਦਾ ਰਿਜ਼ਲਟ ਸਾਹਮਣੇ ਆ ਰਿਹਾ ਬਹੁਤ ਵਧੀਆ ਆਇਆ ਬਈ ਕੀ ਪਾਉਣਾ ਬਈ ਦਾਣੇ 'ਚ ਦਾਣੇ 'ਚ ਬਈ ਛੋਲੇ ਨੇ ਸੋਇਆਬੀਨ ਆ ਕੜੇ ਵੀ ਅੱਛਾ ਕਣਕ ਹੋ ਗਈ ਕਣਕ ਹੋ ਗਈ ਹੈ ਨਾ ਲੈ ਬੰਨ ਦੇ ਬਈ ਬੰਨ ਦੇ ਲੈ ਬਾਲਟੀ ਬੜਾ ਦੇ ਆ ਤੇਰੇ ਪਿੱਛੇ ਪਈ ਆ ਲੈ ਗਰਾਹਾਂ ਪਿੰਡ ਦਵਾਈ ਹੋਈ ਆ ਫਿਰ ਮੈਂ ਗਰਾਹਾਂ ਤੋਂ लाडो मैसनी हरियाणे वाली 28 किलो वाली सज्जनो ओह झोटी दा कट्टा आया जी अपने पिंड ओहदी धी आ इह हरियाणे दी आ पंजाब च पैदा होई होई आ चंगी बाल्टी दिखा दी दिखा दे धमाका पिछलिया ने भी दो धारा चेक करा देना लै बा पिछे हो जाए हम दो लै लियो भी खाली बाल्टी दिखा पिछे हो जाए पूरा डोल दी सामने दिखा दी
ਇਹਦਾ ਠੰਡੀ ਬਹੁਤ ਆ ਨਾ ਇਹਦਾ ਜਮੀ ਬਈ ਆਏ ਪਸੰਦ ਦਿਖਾ ਦੇ ਮੈਂ ਦੇਖ ਲਈ ਨਾਲੇ ਆ ਨਾ ਕੁੜੀ ਕੋਈ ਬਾੜਾ ਬੱਤਾ ਵੱਡਾ ਕੱਦ ਕਾਟਨੀ ਆ ਜੇ ਆਪਾਂ ਕਹੀਏ ਵੀ ਕੱਦ ਕਾਠ ਮੈਂ ਇਹਨੇ ਰੱਖਦਾ नहीं बाकी जो बंदा आऊगा तसली कर लूगा चौदह कोई गल नहीं चवाई का खड़क दी औरे तक भी इनी ठंडी है अज बाक चोन लग गए घर मार लगे बड़ी ठीक है जिहड़ी इहदे मगर कट्टी ठाराणी दे इह भी बड़ा चंगा सहन है उह आप खली दा संधुआ खली का कट्टा आप ओहदी मां दा 18 20 किलो दुद्ध अपने पिंडे खड़ी है मझ जिहदा कट्टा है ओहदी कट्टी है इह ओहदे रिकॉर्ड भी बड़े चंगे ने इहदे मांगर कट्टी है आप इह लाडो महस दा कट्टा आया दी अपने ओहदी है अपने कैमरामैन दे पिंडों आई है मझ इह इह ओहदी कट्टी है झोटियां सारियां पलूना 14 14 दी चलियां नॉर्मल मझां चवा के एक दो अजे भी खड़ी कैमरामैन बनी नहीं गया वीडियो नहीं पूरी पई अगला कहना वीडियो पा दो कहता थान धोद पै जा करे चंगा कम है माड़ा कम बेचारे धर दो बाल्टी बाल्टे बड़े लेके बैठना ही थले ना पता थी माल तुसी लई खड़े हो 16 18 किलो वाला बाल्टियां निक्की निक्की चक्की फिर दी बाल्टियां भाई ओदे साडे 8 लीटर ही हुंदा नी 4 4 लीटर ठीक आ जांदा दी ए ते हुन
संधु वाली डबला बाल्टी देखी 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 डोरना नहीं कैमरे जी रख दे बारी है सर गया भाई बस इसे जी पाता खाली ले आऊं तार के मैं दांगे ਇੱਥੇ ਦਾ ਬੇ ਲਿੱਤੋ ਜੇ ਫਿਰੇ ਇਹੋ ਕਰਕੇ ਕਰਕੇ ਬਾ ਬਾ ਨਾ ਬੱਚਾ ਹੀ ਹੜਦੇ ਬਈ ਲਿਆ ਬਾਲਟੀ ਤੇ ਲਿਆ ਹਾਂ ਇੱਕ ਥੋੜਾ ਮਾਰ ਦਿਖਾ ਲਿਆ ਬਾਲ ਕੇ ਵਾਲਾ ਫਾਰਮੂਲਾ ਕਹਿੰਦਾ ਕਰਕੇ ਆ ਕੰਮ ਦੋ ਵਧੀਆ ਆ ਡੋਲਣਾ ਵੀ ਫਾਰਮੂਲਾ ਪੈਂਦਾ ਫਰਕ ਆ ਨਾ ਅੱਛਾ ਫਿਰ ਬੁੜੀਆਂ ਲਾਤੀਆਂ ਪਾਥੀਆਂ ਬੱਠਣਾ ਪਾਥੀਆਂ ਤਾਂ ਪੁਰਾਣੀ ਪੰਜਾਂ ਦੀ ਆਪਣੀ ਅੱਛਾ ਪੁਰਾਣੀ ਪੰਜਾਂ ਦੀ ਕਹਿੰਦਾ ਅਜੇ बाल्टियां कैमरा आया भाई आया क्या ਯਾਰ ਬਰਾਂ ਰੱਖੋ ਵੀ ਮੰਗ ਰੂੰ ਮੈਂ ਇੱਥੇ ਪਈ ਰਹਿੰਦੀ ਬਸ जोड़ी लैन आला किसी शकीन बंदे दे मुल आपां सानू करवा लांगे इही गल नहीं हुण दो परके पा चाके पा दी मैं तीन चाके पा दी चार ਪਾਦੇ 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 ਮੜੇ ਪਰ ਮੀ ਪਾਦਿਆ ਕਰ ਉਹੀ ਝੱਗ ਹੁੰਦੀ ਹੈ ਨਾ ਸ਼ੀ ਸੱਤ ਇਹੀ ਜੀ ਮੱਝੇ ਦਿੰਦੀਆਂ ਨੇ ਯਾਰ ਹੈਨਾ ਅੱਠ ਇਹ ਜੀ ਪਾਦੇ झग हो जाती है मलो मल्ली दिन कह मैं सूई नू बी एन फिरे बारवा दिन अच्छा मांगर कट्टी है मांगर कट्टी एक नंबर वाली ਦਾ ਇੱਕ ਇਹਦਾ ਹਾਂ ਆ ਝੋਟੀ ਦਾ ਲੈ ਕੈਮਰਾ ਮਾਰ ਦੇ ਕੇ ਰਹੇ ਤੇ ਦੂਜੇ ਸੂਈ ਵਾਲੀ ਉਹ ਦੂਜੇ ਮਿੰਟ ਦੋ ਪਹਿਲਾਂ ਅੱਛਾ ਇਹਦਾ ਦੂਜਾ ਉਹਦਾ ਮਿੰਟ ਦੇ ਦੂਜਾ ਇਹ ਪਹਿਲੇ ਨੰਬਰ ਵਾਲੀ ਦਾ ਛੋਟੇ ਸਿੰਗ ਵਾਲੀ ਝੋਟੀ ਦਾ ਬੈਠਵੀਂ ਦਾ ਧਾੜ ਦੇ ਇਹਨੂੰ ਵੀ ਪੈ ਜੂਗਾ ਪੈ ਜੂ ਆ ਬਾਲਟੀ ਚ ਮਿੰਟ ਦੇ ਹੁਣ ਹਾਂ ਧਾੜ ਦੇ ਇਹਨੂੰ ਦੋ ਤਿੰਨ ਵਾਰੀ ਬਾਈ ਝੱਗ ਮੱਲੋ ਮੱਲੀ ਰਹਿ ਜਾਂਦੀ ਆ ਫਿਰ ਵੀ ਕਿੰਨਾ ਮਰਜ਼ੀ ਤਾੜ ਲੈ ਚੱਲ ਤਾੜੇ ਤੇ ਕੁਝ ਫਰਕ ਤਾਂ ਨਹੀਂ ਹੂੰ ਉਹੀ ਗੱਲ ਆ ਬਈ ਲੀਟਰ ਪਮਾ ਲਾ ਘੱਟ ਲਾ ਦੇ ਹਾਂ ਹਾਂ ਘੱਟ ਮੰਨ ਕੇ ਲਵੇ ਹਾਂ ਹਾਂ 17 ਮੰਨ ਕੇ ਲਿਓ 17 ਮੰਨ ਕੇ ਚੋਕਲੇਟ ਹੁੰਦਾ ਚੋਕਲੇਟ
ਬਈ ਚਾਕੇ ਪਾ ਦੇ ਚਾਰ ਦਾਣਾ ਸਾਨੂੰ ਬਾਲ ਕੀ ਪਾਉਣਾ ਪਊਗਾ ਜੇ ਦੁੱਧ ਇਹਨਾਂ ਤੋਂ ਲੈਣਾ ਕਿਉਂ ਕਈ ਵਾਰੀ ਤੁਸੀਂ ਪੈਸੇ ਲਾ ਜੋ ਅਤੇ ਗਾਹਾਂ ਤੁਹਾਨੂੰ ਪਤਾ ਦੁੱਧ ਘਾਟ ਜਾਣਾ ਦਾਣਾ ਬਾਲ ਕੇ ਪਾਉਣ ਦੀ ਖੇਚਲਾ ਜ਼ਰੂਰ ਕਰਿਆ ਕਰੋ ਸੱਜਣੋ ਪੈਂਦਾ ਫਰਕ ਬਹੁਤ ਫਰਕ ਪੈਂਦਾ ਬਈ ਪਹਿਲਾਂ ਵੀ ਅਸੀਂ ਇਹੀ ਸਮਾਨ ਪਾ ਰਹੇ ਤੇ ਅੱਛਾ ਹਾਂ ਪਹਿਲਾਂ ਅੱਠ ਲੀਟਰ ਜੋ ਊਣਾ ਹੋਇਆ ਅੱਠ ਸੋਲਾਂ ਇਹਦਾ ਪੰਦਰਾਂ ਮੰਨੋ ਹੈ ਨਾ ਇਹਦਾ ਪੰਦਰਾਂ ਮੰਨੋ ਲੀਟਰ ਅੱਠ ਵਰਤੇ ਇਹਦਾ ਤੁਸੀਂ ਸਤਾਰਾਂ ਮੰਨੋ ਇਹਦਾ ਸਤਾਰਾਂ ਮੰਨੋ ਉਹਦਾ ਪੰਦਰਾਂ ਮੰਨੋ ਲੈ ਉਰੇ ਆਇਆ ਬਾਈ ਹੁਣ ਕੋਈ ਗੱਲ ਨੀ ਚੁੰਗ ਲੈਣ ਦੇ ਬੱਚੇ ਨੂੰ ਪਾ ਲੈ ਬਾਈ ਪਾ ਲੈ ਤੇ ਰੇਟ ਪੁੱਛ ਕੇ ਦੱਸਦੇ ਹਾਂ ਇੱਕ ਗੱਲ ਹੋਰ ਦੱਸਦਾ ਲਾਇਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਸੱਜਣੋ ਕਿਉਂਕਿ ਨਵੇਂ ਬੰਦਿਆਂ ਦਾ ਹੌਂਸਲਾ ਵੱਧਦਾ ਦੇਖੋ ਕਿੰਨੀ ਹਿੰਮਤ ਕਰਕੇ ਇਹਨਾਂ ਨੇ ਖਰੀਦੀਆਂ ਨੇ ਤੇ ਫਿਰ ਸੇਵਾ ਕਰੀ ਆ ਪੰਜ ਦਸ ਦਿਨ ਦੇਖੋ ਤਾਜ਼ੀਆਂ ਸਬਜ਼ੀਆਂ ਹੁਣ ਸਾਨੂੰ ਦੁੱਧ ਤਿਆਰ ਕਰਕੇ ਦੇਖੋ ਚੱਲ ਜਿਹੜਾ ਨਫ਼ਾ ਬਣੂਗਾ ਉਹ ਤਾਂ ਗੱਲਾਂ ਅਲੱਗ ਦੀ ਆ ਜਿਹੜੀ ਇਹਨਾਂ ਨੇ ਮਿਹਨਤ ਕਰੀ ਆ ਨਾ ਉਹ ਵੀ ਇਹਨਾਂ ਨੂੰ ਨਿਆਮ ਬਣਦਾ ਬਾਈ ਉਹਦੇ ਕਮੈਂਟ ਕਰਕੇ ਇਹਨਾਂ ਨੂੰ ਥੋੜ੍ਹੀ ਜਿਹੀ ਹੱਲਾਸ਼ੇਰੀ ਜ਼ਰੂਰ ਦੇ ਦਿਓ ਲੈ ਹੁਣ ਦੇਖੋ ਬਾਈ ਹੱਲਾਸ਼ੇਰੀ ਤੈਨੂੰ ਉਹਦਾ ਕੋਲ ਤੇਰੀ ਬਣਦੀ ਹੈ ਇਹਦੇ ਰੇਟ ਦੱਸ ਦੇ ਹੁਣ ਦੋਵਾਂ ਦੇ ਫਿਕਸ ਕਰਦੇ ਵੀ ਇਹ ਆਪਾਂ ਇੰਨੇ ਹੀ ਦੇਵਾਂਗੇ ਉਹ ਇੰਨੇ ਹੀ ਦੇਵਾਂਗੇ ਕਹਾਂ ਹੀ ਬਾਈ ਕੁਛ ਜਾਵੇ ਇਹਦਾ ਅੱਛਾ ਇਹ ਇਹ 140 ਦੀ ਇਹ 140 ਦੀ ਓਹੋ ਬਾਈ ਓਹੋ ਬਾਈ ਦੇਵਾਂਗੇ 1.35 16 ਲੀਟਰ ਵਾਲੀ ਅੱਛਾ 16 ਲੀਟਰ ਵਾਲੀ ਕਹਿੰਦਾ 1.35 ਦੀ ਦੇਵਾਂਗੇ ਇਹ ਕਹਿੰਦਾ 1.40 ਦੀ ਦੇਵਾਂਗੇ ਜਿਹੜੇ ਸਿਆਬ ਨਾਲ ਇਹਦਾ ਕੱਦ ਕਾਠ ਹੈ ਨਾ ਬਾਈ ਦੁੱਧ ਇਹਦੇ ਥੱਲੇ ਵੱਧ ਹੈ ਮੈਲਾ ਡੇਕ ਕੇ ਹੋਰ ਵਧੂ ਬਾਕੀ ਇੱਕ ਸਿਸਟਮ ਇਹਨਾਂ ਦਾ ਦਿਖਾ ਦੇ ਦੇਖੀ ਆਹ ਦਿਖਾ ਉਹ ਚੁੱਲਾ ਲਿਆ ਦੇ ਚੱਕ ਕੇ ਉਰੇ ਲਈ ਚੱਕ ਕੇ ਇਹ ਆਪਾਂ ਨੇ ਉਰੇ ਬੰਨਿਆ ਚੁੱਲਾ ਬਕਾਇਦਾ ਸਾਨੂੰ ਇਹੋ ਜਿਹਾ ਕਰਨਾ ਪਊਗਾ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਈਆਂ ਨੂੰ ਬੇਨਤੀ ਹੈ ਕਿਉਂਕਿ ਮੈਨੂੰ ਪਤਾ ਹੈ ਅਕਸਰ ਘਰਾਂ 'ਚ ਕਲੇਸ਼ ਇਸ ਗੱਲ 'ਤੇ ਹੋ ਜਾਂਦਾ ਉਹ ਕਰਦੀਆਂ ਨਹੀਂ ਹੈਗੀਆਂ ਉਹੀ ਗੱਲ ਹੈ ਪਤਾ ਨਹੀਂ ਪੜ੍ਹੀਆਂ ਲਿਖੀ ਬਈ ਵੱਧ ਹੋ ਗਈਆਂ ਜੇ ਪਸ਼ੂ ਰੱਖਣੇ ਨੇ ਉਹ ਤੁਹਾਡੀ ਪੜ੍ਹਾਈ ਦਾ ਮੈਨੂੰ ਪਤਾ ਉਹਦਾ ਛੱਡ ਕੇ ਪਾਥੀਆਂ ਤੁਹਾਨੂੰ ਪੱਥਣੀਆਂ ਪੈਣਗੀਆਂ ਅਤੇ ਫਿਰ ਕਿਤੇ ਜਾ ਕੇ ਮੈਸਾਂ ਦੁੱਧ ਦੇਣਗੀਆਂ ਕਿਉਂਕਿ ਬੰਦੇ ਤਾਂ ਦੇਖੋ ਪਾਥੀਆਂ ਪੱਥ ਨਹੀਂ ਸਕਦੇ ਬਈ ਇੰਨੀ ਕੁ ਖੇਚਲਾ ਤੁਸੀਂ ਕਰ ਦਿਆ ਕਰੋ ਦਾਣਾ ਦਾਣਾ ਬਾਲ ਕੇ ਦੇ ਦਿਆ ਕਰੋ ਹੋਰ ਤਾਂ ਮੈਨੂੰ ਪਤਾ ਚੱਲ ਜਿਹੜਾ ਕੋਈ ਵਪਾਰ ਕਰਦਾ ਹੋਰ ਤਾਂ ਆਪਦਾ ਸੰਨੀ ਸੱਪਾ ਸਾਰਾ ਕੁਛ ਆਪ ਕਰ ਲੂਗਾ ਪਰ ਇਹ ਬੇਨਤੀ ਮੇਰੀ ਮੰਨ ਲਿਓ ਵੀ ਦਾਣਾ ਜ਼ਰੂਰ ਬਾਲ ਕੇ ਦੇ ਦਿਆ ਕਰੋ ਬਹੁਤ ਜ਼ਿਆਦਾ ਫਰਕ ਪੈਂਦਾ ਦਾਣਾ ਬਾਲਣ ਨਾਲ ਬਾਕੀ ਬਾਈ ਨੇ ਦੇਖਿਆ ਵੀ ਕਿੰਨਾ ਕੁ ਸਾਰਾ ਸਮਾਨ ਪਿਆ ਸੀ ਬਸ ਐਂ ਨਹੀਂ ਫਾਰਮੂਲੇ ਦੀ ਨਹੀਂ ਪਤਾ ਸੀ ਅੱਛਾ ਹਾਂ ਬੰਨਿਆਂ ਵਾਸਤੇ ਪਤੀਲਾ ਲਿਆਂਦਾ ਤੇ ਉਹ ਪਿਆ ਸੀ ਅੱਛਾ ਇਹ ਤਾਂ ਆਪਣੇ ਹੁੰਦੀਆਂ ਘਰਾਂ 'ਚ ਬਸ ਵੀ ਉਹੀ ਗੱਲ ਆ ਕਿ ਉਹ ਤੁਸੀਂ ਤੁਹਾਡੀ ਵੀਡੀਓ ਦੇਖ ਲਈ ਦੇਖੇ ਵਾਲੀ ਬਸ ਉਹ ਦੇਖ ਗਿਆ ਜੀ ਵੀਡੀਓ ਦਾ ਪਤਾ ਲੱਗ ਗਿਆ ਪਹਿਲਾਂ ਵੀ ਦੇਖ ਪਾਉਂਦਾ ਸੀ ਉਨੀ ਦਾਣਾ ਉਨੀ ਦਾਣਾ ਕਿੰਨਾ ਕਿੰਨਾ ਕੁ ਦੁੱਧ ਵੱਧ ਗਈਆਂ ਉਦੋਂ ਦਾ ਮੇਰਾ ਖਿਆਲ ਕਹਿੰਦਾ ਵੀ 4-4 ਲੀਟਰ ਵੱਧ ਗਿਆ ਬਾਈ ਲੈ ਦਾਣਾ ਉਹੀ ਪਾਉਂਦਾ ਸੀਗਾ ਦੁੱਧ ਦੇਖੋ ਇੱਕ ਇੱਕ ਮੈਂ 4-4 ਲੀਟਰ ਵੱਧ ਗਈ ਦਾਣਾ ਉਨੀ ਪਾਉਂਦੇ ਤੇ ਭਿਉਂਕੇ ਪਾਉਂਦੇ ਤੇ ਸਵੇਰੀ ਭਿਉਂਦੇ ਤੇ 3 ਵਜੇ ਪਾ ਦਿੰਦੇ ਸੀ ਲੈ ਤੁਸੀਂ ਵੀ ਆਪਦੇ ਘਰੇ ਤਜਰਬਾ ਕਰਕੇ ਦੇਖ ਲਿਓ ਬਕਾਇਦਾ 4 ਦਿਨ ਰਿੰਨ ਕੇ ਪਾ ਕੇ ਦੇਖ ਲਿਓ ਤੁਹਾਨੂੰ ਰਿਜ਼ਲਟ ਆਪਣੇ ਆਪ ਦੱਸੂਗਾ ਵੀ ਕੀ ਗੱਲਬਾਤ ਹੈ ਲੈ ਬਾਈ ਹੋਰ ਕੁਝ ਕਹਿਣਾ ਚਾਹੇਗਾ ਹੋਰ ਤਾਂ ਵੀਰੇ ਮੈਂ ਦੱਸ ਕੇ ਹਟਿਆ ਪਹਿਲਾਂ ਵੀ ਆਪਾਂ ਸਾਰਾ ਕੁਛ ਕਰ ਸਕਦੇ ਹਾਂ ਆਪਾਂ ਕਹਿੰਦੇ ਹਰਿਆਣੇ 'ਚ ਆਏ ਉਹ ਆਪਣੀ ਝੋਟੀ ਦੇਖ ਲਓ ਕੋਈ ਕਹਿੰਦਾ ਨਹੀਂ ਉਹਨੂੰ ਤੇ 2 ਸਾਲ ਦੀ ਆ 19 ਤਰੀਕ ਨੂੰ 2 ਸਾਲ ਦੀ ਹੋਈ ਆ ਇਹਨੂੰ ਠੀਕ ਹੈ ਤੇ ਝੋਟੀ ਕੋਈ ਕਹਿੰਦਾ ਨਹੀਂ ਵੀ 2 ਸਾਲ ਦੀ ਹੋਈ ਲੱਗੂਗਾ ਝੋਟੀ ਉੱਚੀ ਲੰਬੀ ਉਹਦੇ ਥੱਲੋਂ ਲਾ ਲਓ ਵੀ ਇੰਨੀਆਂ ਉਮੀਦਾਂ ਨੇ ਵੀ ਇਹਦੇ ਨਾਲੋਂ ਵੀ ਵੱਧ ਨੇ ਹਾਂ ਕਹਿਣ ਦਾ ਮਤਲਬ ਇਹ ਹੈ ਵੀ ਐਂ ਨਾ ਕਿਹਾ ਕਰੋ ਵੀ ਆਪਣੇ ਤਾਂ ਵੀ ਇਹ ਨਸਲ ਨਹੀਂ ਹੈਗੀ ਐਂ ਨਹੀਂ ਹੈਗੀ ਉਹ ਗੱਲਾਂ ਨੂੰ ਤਾਂ ਬਾਈ ਛੱਡ ਕੇ ਆਪ ਅੱਗੇ ਹਿੰਮਤ ਕਰਕੇ ਉਹ ਆਪਾਂ ਨੂੰ ਕਰਨਾ ਪਊ ਕਰਨ ਨੂੰ ਬੰਦਾ ਕੁਝ ਵੀ ਕਰ ਸਕਦਾ ਉਹੀ ਗੱਲ ਹੈ ਸਦਾ ਉਹੀ ਗੱਲ ਹਾਲਾਤ ਮਾੜੇ ਨਹੀਂ ਰਹਿੰਦੇ ਪਰ ਆਪਣੀਆਂ ਬਦਲ ਜਾਂਦੀਆਂ ਹੁੰਦੀਆਂ ਨੇ ਟਾਈਮ ਦੇ ਬੱਚੇ ਬਾਈ ਪੜ੍ਹੇ ਲਿਖੇ ਹੋ ਗਏ ਉਹੀ ਆ ਟੀਕਿਆਂ ਦੀ ਗੌਰ ਕਰਕੇ ਲਵਾਉਣ ਭਰਾਉਣ ਲੱਗ ਜਾਣ ਉਹਦੇ ਨਾਲ ਅੱਜ ਦਿਨ ਲੰਘ ਗਿਆ ਉਹ ਕੱਲ ਨੂੰ ਨਵਾਂ ਲਿਦਣ ਨਵਾਂ ਸਵੇਰਾ ਲੈ ਕੇ ਚੜੂਗਾ ਉਮੀਦ ਰੱਖਿਆ ਕਰੋ ਉਮੀਦ ਤੇ ਸਾਰਾ ਕੁਛ ਹੈ ਤੇ ਆਪਣੀ ਸੋਚ ਚੰਗੀ ਆ ਤਾਂ ਸੋਚ ਨੂੰ ਉਹੀ ਗੱਲ ਹੈ ਫਲੀਆਂ ਲੱਗਦੀਆਂ ਤਾਂ ਨੰਬਰ ਬੋਲਦੇ ਬਾਈ ਆਪਣਾ 98727 ਹਾਂਜੀ 34021 ਦੁਬਾਰਾ ਫਿਰ ਬੋਲਦੇ 98727 ਹਾਂਜੀ 34021 ਇਹ ਨੰਬਰ ਹੈ ਨੰਬਰ ਦੇ ਕਰ ਲਿਓ ਸੰਪਰਕ ਸ਼ੁਰੂ 'ਚ ਨਵਾਂ ਬੰਦਾ ਚੱਲਿਆ ਤੇ ਮੈਂ ਤੁਹਾਨੂੰ ਫੇਰ ਕਹਿਣਾ ਕਮੈਂਟ ਜ਼ਰੂਰ ਕਰਕੇ ਦੀ ਹੱਲਾਸ਼ੇਰੀ ਵਧਾਇਓ ਜੀ ਅਤੇ ਲਾਈਕ ਕਰ ਦਿਓ ਵੀਡੀਓ ਨੂੰ ਠੀਕ ਹੈ ਸੱਜਣਾ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ